तेरिया सट्टा तो लगता तेनू किसी ने चेंज दिता और बगैर चेंज तो ही फिर पुलिस वाले तो इंज मारदे जिवें कोई सवाब दा काम जिवें जन्नत दी राह हमवार हो जानी चीका मेरिया ही निकलिया अच्छा बहुत मारिया पुलिस वैसे पाकिस्तानी पुलिस तो मैं गुस्सा ही नहीं कर क्यों जी कुड़ी नूं लौरों फड़दे ने मुंडे नूं मुल्तान तो कट्ठे क्यों बैठे मरीज नूं कल दियां पासां लाया मैं भी पैणा तेरे वर्गे मरीज उसे हस्पताल शीशे चो वेखी जाए मेनू मारने सिपाही का एडा ढिड अच्छा उन्हें मैंने ढिड ते पाया मैं थले ला दे मेनू धुनी चुप दी ये याद कर ला वो ढेडी सी अपनी सुहागणा हाथ लाड़े नूं कह दिंदी है खबरदार कुंडी ना लाई मैं रौला पा देना भाई उन्हें ब्याह फिर अब लैन नहीं किया मेरे को तो वैसे ही लाने बड़ा पैसा तेरे को पैसा है बड़ा पैसा कितना पैसा है बड़ा बड़ा तो जाके मां की कबर पक्की करा क्यों कच्ची चो दौड़ जाती तेरी मां है तन्नू पता होगा ਇਹ ਫੇਰ ਨਹੀਂ ਦੌੜਦੀ ਜੇ ਮੇਰੇ ਫਿਰ ਤੇ ਆਉਂਦੀ ਨਾ ਫੇਰ ਨਹੀਂ ਦੌੜਦੀ ਚੱਲ ਚੱਲ ਮੇਰੇ ਨਾਲ ਬਹੁਤੇ ਗੱਲਾਂ ਨਾ ਕਰਿਆ ਕਰ ਮੈਂ ਕਿਹਾ ਤੈਨੂੰ ਪੂਛਣ ਨਹੀਂ ਲੱਗ ਸਕਦੀ ਕਿਉਂ ਮੈਂ ਕੋਈ ਚੇਂਜ ਲਿਆਉਣਾ ਚਾਹ ਮੈਂ ਕਿਹਾ ਤੈਨੂੰ ਕੁਛ ਆਹੋ ਅਸੀਂ ਵੀ ਚੇਂਜ ਲਿਆ ਜਾਂਦੇ ਜਾ ਇੰਜ ਕਰ ਅੰਦਰ ਨਾ ਹਾਂ ਦੁੱਧ ਚ ਫਟਕੜੀ ਪਾ ਕੇ ਨਾ ਉਹ ਕਿਉਂ ਬਾਬਾ ਸਾਰੀ ਹਾਂ ਤੇ ਪੀ ਕੇ ਸੌ ਜਾ ਉਹ ਕਿਉਂ ਆ ਤੂੰ ਪੀਏਗੀ ਨਾ ਟਕੋਰ ਮੈਨੂੰ ਆਉਣੀ ਇਹ ਚੇਂਜ जिवेरी च छापर आ कोई रैसल हुई हो नहीं
ਨਹੀਂ ਵਿਆਹ ਨਹੀਂ ਹੋਇਆ ਨਹੀਂ ਉਹ ਨਿਕਾਹ ਨਹੀਂ ਹੋਇਆ ਹੋਣਾ ਬਸ ਨਹੀਂ ਕਰਨੀ ਵਿਆਹ ਹੋਇਆ ਹੀ ਨਹੀਂ ਅੱਛਾ ਜੀ ਹਾਂ ਹੋਰ ਮੈਂ ਕੋਈ ਮੂਡ ਹੋਵੇ ਤੁਹਾਡਾ ਕਿੱਦਾਂ ਦਾ ਆਇਓ ਸਾਨੂੰ ਤਾਰ ਉੱਤੇ ਘੜੋ ਮੈਂ ਮਿਲਣ ਆਈ ਹਾਂ ਸਾਇਮਾ ਨੂੰ ਮੇਰੀ ਸਹੇਲੀ ਆਸ਼ੀ ਆਸ਼ੀ ਹਾਂ ਆਏ ਹਾਏ 600 ਰੁਪਇਆ ਹੈਗਾ ਨਹੀਂ ਮੈਂ ਤਾਂ ਕਹਿੰਦਾ ਕੱਢੋ 600 ਅੱਜ ਵੱਡੀ ਮੰਗਾਈਏ ਅਮੀ ਤਮਾਸ਼ ਮਹੀਨੇ ਦੀ ਤਬੀਅਤ ਹੋਈ 600 ਨਹੀਂ ਗਾ ਮੇਰੇ ਕੋਲ 300 ਕੱਢੋ ਫਿਰ ਅੱਧਾ ਮੰਗਾਉਨੇ 300 ਵੀ ਨਹੀਂ ਹੈਗਾ 150 ਕੱਢੋ ਫਿਰ ਸ਼ਾਪਰ ਹੀ ਚੱਲੇਗਾ ਉਹ ਵੀ ਨਹੀਂ ਹੈਗਾ ਅੱਛਾ 120 ਕੱਢੋ ਫਿਰ ਕੁੱਪੀ ਤੇ ਹੈ ਹੀ ਹੈ 120 ਵੀ ਨਹੀਂ ਹੈਗੇ 40 ਤੇ ਹੋਣਗੇ ਟੁੱਟੇ ਕਿਉਂ ਚਰਸ ਮੰਗਾਉਨੇ ਮੇਰੇ ਕੋਲ 20 ਰੁਪਏ ਹੈਗੇ ਨੇ ਅੱਛਾ ਸਮਾਧ ਬੌਂਡ ਮੰਗਾ ਲੈ ਚਾਵਾ ਜੀ ਕੀ ਜੋੜਨਾ ਐ ਤੇ ਤੈਨੂੰ ਪਤਾ ਹੋਏਗਾ ਤੇਰੇ ਕੋਲੋਂ ਕੀ ਜੋੜਨਾ ਮੇਰੇ ਕੋਲੋਂ ਤਾਂ ਟਵਾ ਨਹੀਂ ਜੋੜਦਾ ਮੈਨੂੰ ਕੋਈ ਮੈਂ ਚਾਹਨੀ ਆ ਕੋਈ ਚੇਂਜ ਤੂੰ ਵੀ ਚੇਂਜ ਨਹੀਂ ਹੋਣਾ ਹਾਂ ਤੂੰ ਟੈਂਡ ਕਰਾ ਦੇ ਨਹੀਂ ਮੈਂ ਕੋਈ ਹੋਰ ਚੇਂਜ ਚਾਹਨੀ ਆ ਹੋਰ ਚੇਂਜ ਹਾਂ ਫਿਰ ਇੱਕ ਗਾਸ ਕੱਪੜੇ 'ਚ ਨਾ ਆਪਣਾ ਪੂਰਾ ਸੂਟ ਬਣਾ ਹਾਏ ਹਾਏ ਜਿੱਦਰੋਂ ਲੰਘੇਗੀ ਲੋਕੀ ਕਹਿਣਗੇ ਇਹ ਪਾਕਿਸਤਾਨ 'ਚ ਕੀ ਚੇਂਜ ਆਇਆ ਨਹੀਂ ਮੈਂ ਕੋਈ ਅਲੱਗਾ ਜੀ ਚੇਂਜ ਚਾਹਨੀ ਆ ਅਲੱਗਾ ਜੀ ਹਾਂ ਕਿ ਪੂਰੀ ਦੁਨੀਆ ਦੇਖੇ ਕਿ ਇਹ ਚੇਂਜ ਹੋ ਜਾਏ ਅੱਛਾ ਜੀ ਦੁਨੀਆ ਤਾਂ ਬੈਠੀ ਹੈ ਤੇ ਚੇਂਜ ਤੇਰੇ ਕੋਲ ਪੁੱਛਣਾ ਭਰਾਵਾ ਉਹ ਮੇਰਾ ਵੀ ਆ ਜਾਂਦਾ ਮੇਰੇ ਕੋਲ ਵਾਜੀ ਵਾ ਟੌਮ ਐਂਡ ਜੈਰੀ ਲੱਗਾ ਹੈ ਸਾਰੇ ਉਹ ਕਿਹੜਾ ਸਿਗਰ ਪਿਆ ਆਤਾ ਹੀ ਮੈਨੂੰ ਮੇਰੇ ਕੋਲ ਨਾਲ ਹੀ ਨਹੀਂ ਟੱਪੀ ਜਾਣ ਦਈ ਸੀ ਉਹ ਸੋਫਾ ਬਣਨ ਦਾ ਸ਼ੌਕ ਹੀ ਪੰਜ ਸਪਰਿੰਗ ਲੱਗਣੇ ਉਹਨੂੰ ਪੁੱਛ ਜਿਹਦੇ ਪਿਓ ਨੂੰ ਪੱਕਾ ਸੋਫਾ ਲਵਾ ਕੇ ਦਿੱਤਾ ਮੈਂ ਮੇਰੇ ਦਿਲ ਕੀ ਤਾਰ ਮੁਝੇ ਬਾਰ ਬਾਰ ਉਹ ਮੂੰਹ ਨਾਲ ਗੱਲ ਕਰ ਭਾਂਡੇ ਕਿਉਂ ਹਲਾਉਣੀ ਮੇਰੇ ਦਿਲ ਕੀ ਤਾਰ ਮੁਝੇ ਬਾਰ ਬਾਰ ਭੱਜ ਕੇ ਘਰ ਜਾ ਬੰਦੇ ਵੜ ਗਏ ਚਾਰ ਉਹ ਵੜਨ ਦੇ ਮੈਂ ਕੋਈ ਚੇਂਜ ਨਹੀਂ ਆਉਣਾ ਇਹ ਫਿਰ ਜੇ ਤੂੰ ਤੇ ਨਹੀਂ ਉਹਨਾਂ ਲਿਆਂਦੀ ਸਾਲਿਆ ਤੂੰ ਕਾਹਦਾ ਖੁਸ਼ ਹੋਣ ਦੇ ਫੇਰ ਹਾਂ ਵਾਜੀ ਵਾ ਤੂੰ ਮੇਰੀ ਖਾਬ ਚ ਆਇਆ ਸੀ ਨਹੀਂ ਉਹ ਆਈ ਸੀ ਸਿਗਰਟ ਮੇ ਹੋਤਾ ਨਸ਼ਾ ਤੋ ਨਾਚਤਾ ਫਿਲਟਰ ਪਾਗਲ ਸਿਗਰਟ ਪੀਣ ਵਾਲਾ ਬੰਦਾ ਤੇ ਬੁੱਢਾ ਹੀ ਨਹੀਂ ਹੁੰਦਾ ਉਹ ਕਿਉਂ ਜਵਾਨੀ ਚ ਹੀ ਮਰ ਜਾਂਦਾ ਓਏ ਆ ਤਾਂ ਬਾਬਾ ਸਵਾਦੀ ਸਿਗਰਟ ਹੋ ਉਹਦੇ ਉੱਤੇ ਜਾ ਕੇ ਪਤਾ ਲੱਗਾ ਯਾਰ ਇਹ ਤਾਂ ਗਲਤ ਜੋੜੇ ਬਣਨ ਡੇ ਆ ਫਿਰ ਪਛਤਾਇਆ ਮੈਂ ਕਿਹਾ ਹੁਣ ਕਿਥੋਂ ਸ਼ੇਰ ਤਾਂ ਸੁਣਾਓ ਕੁਛ ਸਦਾ ਦੀ ਸ਼ੇਰ ਸੁਣਾਓ ਤੇਰੇ ਲਈ ਸਿਰਫ ਸੁਣਾ ਮੁਹੱਬਤ ਕਰਨੇ ਵਾਲੋ ਕੇ ਅਨੋਖੇ ਖੇਲ ਹੋਤੇ ਹੈ ਮੁਹੱਬਤ ਕਰਨੇ ਵਾਲੋ ਕੇ ਅਨੋਖੇ ਖੇਲ ਹੋਤੇ ਹੈ ਜਿਨਕੇ ਮੂੰਹ ਪਰ ਮੂਛੇ ਨਹੀਂ ਹੋਤੀ ਉਹ ਦਰਮਿਆਨਾ ਮੀਲ ਹੋਤੇ ਹੈ ਇਹ ਚੂਚਾ ਤੇ ਜਲੀਲ ਹੋ ਗਏ ਜੀ ਤੂੰ ਸੁਣਾ ਮੈਂ ਵੀ ਸੁਣਾਵਾਂ ਮੁਹੱਬਤ ਕਰਨੇ ਵਾਲੋ ਕੇ ਅਨੋਖੇ ਖੇਲ ਹੋਤੇ ਹੈ ਜਿਨਕੇ ਮੂੰਹ ਪੇ ਮੂਛ ਨਹੀਂ ਹੋਤੀ ਅੰਦਰ ਸੇ ਖੈਬਰ ਮੇਲ ਹੋਤੇ ਹੈ ਯਾਰ ਗੱਲ ਸੁਣ ਮੈਂ ਸ਼ੇਰ ਸੁਣਾਵਾ ਓਏ ਤੂੰ ਸੁਣਾ ਤੇਰੀ ਹਵਾਏ ਤੂੰ
ਤੂੰ ਸੁਣਾ ਤੇਰੀ ਅੰਮੀ ਤੇ ਸਾਗਰ ਸਦੀਕੀ ਸਾਹਿਬ ਨਾਲ ਫਸੀ ਰਹੀ ਹਵਾਏ ਰਕਸ ਕਰਤੀ ਹੈ ਅਦਾਏ ਮਸਤ ਕਰਤੀ ਹੈ ਓਏ ਇਹ ਤੇ ਆਪਣੀ ਅੰਮੀ ਦਾ ਕਲਾਮ ਸੁਣਾ ਰਿਹਾ ਲੱਗਦਾ ਹਵਾਏ ਰਕਸ ਕਰਤੀ ਹੈ ਅਦਾਏ ਮਸਤ ਕਰਤੀ ਹੈ ਅੱਛਾ ਬਗੈਰ ਚੀਰੇ ਆਪਰੇਸ਼ਨ ਨਾਸਰ ਕਲੀਨਿਕ ਨਾਸਰ ਕਲੀਨਿਕ ਅਸੀਂ ਕਿਹਾ ਹੋਰ ਕਿਹੜਾ ਮੇਰੀ ਸ਼ੇਰ ਸੁਣਾਈ ਦੇਣਾ ਮੈਂ ਸੁਣਾਵਾਂ ਵੀ ਸ਼ੇਰ ਤੁਸੀਂ ਸੁਣਾਓ ਤੁਸਦੇ ਬਾਬਾ ਦੇ ਖਵਾਜਾ ਪਰਵੇਸ਼ ਸਾਹਿਬ ਨਾਲ ਫਿਰਦੇ ਰਹੇ ਯਾਰ ਅੰਦਰ ਦੀਆਂ ਗੱਲਾਂ ਕਿਉਂ ਕਰਨ ਦੇ ਆ ਭਾਈ ਹੋਰ ਬਾਹਰ ਦੀਆਂ ਕਰਾਂ ਮੈਂ ਤੇਰੇ ਬਾਜੋ ਦਿਲ ਦੀ ਦੁਨੀਆ 'ਚ ਤੇਰੇ ਬਾਜੋ ਦਿਲ ਦੀ ਦੁਨੀਆ 'ਚ ਹੋਰ ਵਸਾਵਾਂ ਤੇ ਕਾਫਰ ਆਖੀ ਤਾ ਹਯਾਤੀ ਦਹਲੀਜ਼ ਤੇਰੀ ਤੋਂ ਸਰ ਉਠਾਵਾਂ ਤੇ ਕਾਫਰ ਆਖੀ ਪੂਜਾ ਮੇਰੀ ਵਿੱਚ ਫਰਕ ਆਵੇ ਤੇ ਤੇਜ਼ ਖੰਜਰ ਦੀ ਲੋੜ ਕੋਈ ਨਹੀਂ ਤੂੰ ਅੱਖ 'ਚ ਬਦਲੀ ਖੁਦਾ ਗਵਾਹ ਹੈ ਮੈਂ ਮਰ ਨਾ ਜਾਵਾਂ ਤੇ ਕਾਫਰ ਆਖੀ ਤੇ ਤੂੰ ਰੱਖੀ ਆਪਣਾ ਬੂਹਾ ਖੁੱਲਾ ਮੈਂ ਵੜ ਨਾ ਜਾਵਾਂ ਤੇ ਕਾਫਰ ਤੂੰ ਛੱਡੀ ਆਪਣੀ ਮੱਝ ਅਜਾ ਮੈਂ ਆਪਣਾ ਸੰਡਾ ਮਗਰ ਲੈ ਲਾਵਾਂ ਤੇ ਕਾਫਰ ਆ ਮੇਰਾ ਤੂੰ ਤੂੰ ਮੇਰਾ ਆਪਣੀ ਭੈਣ ਨਾਲ ਕਰ ਵਿਆਹ ਮੈਂ ਘਰੋਂ ਨਿਕਲ ਜਾਵਾਂ ਤੇ ਕਾਫਰ ਆ ਕੇ ਤੇ ਮੈਨੂੰ ਦੇ ਤੂੰ ਆਪਣੇ ਵੱਲੋਂ ਰਿਸ਼ਤਾ ਜੇ ਮੈਂ ਕੰਮ ਤੇ ਜਾਵਾਂ ਤੇ ਕਾਫਰ ਆ ਕੰਮ ਤੇ ਜਾਵਾਂ ਤੇ ਕਾਫਰ ਆਖੀ ਤੂੰ ਇੱਧਰ ਮੂੰਹ ਕਰਕੇ ਅੱਖ ਮਾਰ ਕੱਲ ਸ਼ੋ ਡਬਲ ਨਾ ਹੋਵੇ ਤੇ ਕਾਫਰ ਆਖੀ ਜੀ ਉਹ ਬਗੈਰ ਤਾਂ ਵਿੱਚ ਲੈ ਜਾ ਮੇਰੀ ਦਵਾਈ ਡਿੱਗ ਪਈ ਉਹ ਕੰਧ ਲੱਗੀ ਸੀ ਨਾ ਤੂੰ ਗਾਣੇ ਸੁਣਨੀ ਤੂੰ ਨਹੀਂ ਆਇਆ ਤੂੰ ਨਹੀਂ ਬੋਲਦਾ ਤੂੰ ਨਹੀਂ ਬੋਲਦਾ ਮੈਂ ਤੇ ਪਹਿਲੇ ਦਾ ਆਇਆ ਜਿੱਥੇ ਸੱਟਾ ਲੱਗੀ ਆ ਉੱਥੇ ਕੋਈ ਵੈਰ ਔਰਤ ਨਹੀਂ ਦਵਾਈ ਲਾ ਸਕਦੀ ਬਾਹਰ ਚਾਰ ਬੰਦੇ ਲੜ ਲੈਂਦੇ ਕੋਲ ਖਲੋ ਤੱਕ ਬਾਬਾ ਜੀ ਨਾਲ ਲੜੋ ਅੱਬਾ ਜੀ ਨਾਲ ਲੜੋ ਅੱਬਾ ਜੀ ਨਾਲ ਲੜੋ ਮੈਂ ਕਹਾਂ ਇਹਦੇ 'ਚ ਤੇਰਾ ਪਿਓ ਕਿਹੜਾ ਕਹਿੰਦਾ ਇਸੇ ਗੱਲ ਦੀ ਤਾਂ ਲੜਾਈ ਪਈ ਬਗਾਰਤ ਕਹਿੰਦਾ ਨਾਲ ਤਿੱਲੇ ਵਾਲੀ ਜੁੱਤੀ ਹੁੰਦੀ ਹੋਰ ਸਜਣਾ ਸੀ ਪਾਗਲ ਦਾ ਪੁੱਤਰ 20,000 ਰੁਪਈਏ ਲੈਂਦੇ ਆਪਣਾ ਨਵਾਂ ਟੀਵੀ ਤੋੜ ਦਿੱਤਾ ਕਿਵੇਂ ਟੀਵੀ 'ਚ ਕ੍ਰਿਕਟ ਦਾ ਮੈਚ ਲੱਗਾ ਸੀ ਪਲੇਅਰ ਨੇ ਸ਼ਾਟ ਮਾਰੀ ਗੇਂਦ ਗੁਆਚ ਗਿਆ ਇਹ ਕੋਲੋਂ ਗੇਂਦ ਫੜ ਕੇ ਕਹਿੰਦਾ ਆਹ ਲਾ ਲਓ ਸਾਲਾ ਟੀਵੀ 'ਚੋਂ ਰਨ ਆਊਟ ਕਰਨ ਡਿਆ ਹੀਰਾ ਮੰਡੀ ਫਿਰਨ ਡਿਆ ਮੈਂ ਕਿਹਾ ਕਿੱਧਰ ਕਹਿੰਦਾ ਨਿੱਕੀ ਬਾਜੀ ਦਾ ਟੈਸਟ ਹੈ ਬਈ ਇਹ ਕਿਹੜਾ ਟੈਸਟ ਸੀ ਬਕਵਾਸ ਬੰਦ ਕਰ ਇਹੋ ਜਿਹਾ ਕੋਈ ਟੈਸਟ ਨਹੀਂ ਸੀ ਮੈਨੂੰ ਵੀ ਲਵਾ ਇਹਦਾ ਤੇ ਮਜ਼ਾ ਆਉਂਦੇ ਆ ਕਿਹਦੇ ਗਿਆ ਤੇਰਾ ਕਸਮ ਕਹਿੰਦੇ ਨਾਲ ਸ਼ਾਦੀ ਕਰ ਰਹੀ ਇਸ ਤੈਨੂੰ ਸਾਰੀ ਰਾਤ ਨਾ ਇੰਜ ਕਰਨਾ ਵਾ ਵਾ ਜੀ ਇਹਨੂੰ ਤੇ ਬਾਹਰ ਰੱਖ ਮੇਰੀ ਬੁੱਢੀ ਹੈ ਮੇਰੀ ਬੁੱਢੀ ਇਹਨੂੰ ਵੇਖ ਵੇਖ ਕੇ ਹੱਸੀ ਜਾਣ ਡਈ ਉਂਜੀਆਂ ਟਾ ਟਾ ਕਰਨੀ ਹੈ ਕਿਉਂ ਲੰਮੀ ਲੈਣ ਤੋਂ ਡਰਨੀ ਹੈ ਕਲਦੀ ਚੀਨੀ ਲੱਭਣ ਗਈ ਅਜੇ ਆਈ ਨਹੀਂ ਅੰਮੀ ਮੇਰੀ ਐਵਰੀਥਿੰਗ ਡੈਟਸ ਆਲ ਮੀ ਲਾਟ ਵਾਪਸ ਲਾਟ ਆਟਾ ਆਟਾ ਕਰਨੀ ਹੈ ਕਿਉਂ ਲੰਮੀ ਲੈਣ ਤੋਂ ਡਰਨੀ ਮੈਂ ਤੁਹਾਡੀ ਮਦਦ ਕਰਾਂਗਾ ਓਏ ਆਪਣਾ ਤੇ ਮੂੰਹ ਸਹੀ ਕਰਾਲਾ ਮਦਦ ਕਰੇਗਾ ਗੱਲ ਸੁਣੋ ਜੀ ਸਰ ਜੇ ਮੈਂ ਤੁਹਾਡੀ ਮਦਦ ਕਰਾਂ ਜੀ ਹਾਂ ਤੇ ਤੁਸੀਂ ਮੇਰੀ ਕੀ ਮਦਦ ਕਰੋਗੇ
ਹਸਾ ਕੰਜਮ ਸਭ ਛੱਡ ਗਏ ਸਾਨੂੰ। ਅੱਛਾ ਜੀ, ਤੇ ਸਾਡੇ ਵਾਸਤੇ ਕੁਛ ਕਰ ਦਿਓ। ਇਹ ਵੇਖਣਾ 16 ਨੰਬਰ ਸਾਈਕਲ ਆਈ ਕਿ ਨਹੀਂ।